ਬ੍ਰਿਟਿਸ਼ ਕੋਲੰਬੀਆ ਵੱਲੋਂ ਗਿਗ ਬੇਸਡ ਐਪਸ ਨਾਲ ਜੁੜੇ ਵਰਕਰਸ ਨੂੰ ਮਿਨੀਮਮ ਪੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਜਿੱਥੇ ਇਸ ਫੈਸਲੇ ਦੇ ਵਿੱਚ ਖਾਮੀਆਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ, ਉੱਥੇ ਓਨਟਾਰੀਓ ਵਿੱਚ ਵੀ ਇਹਨਾਂ ਐਪਸ ਨਾਲ ਜੁੜੇ ਵਰਕਰਾਂ ਵੱਲੋਂ ਘੱਟੋ ਘੱਟ ਤਨਖਾਹ ਨਿਰਧਾਰਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਗਿਗ ਬੇਸਡ ਐਪਸ ਜਿਨ੍ਹਾਂ ਵਿੱਚ ਉਬਰ, ਡੋਰਡੈਸ਼, ਸਕਿੱਪ ਅਤੇ ਲਿਫਟ ਪ੍ਰਮੁੱਖ ਹਨ, ਇਹਨਾਂ ਐਪਸ ਰਾਹੀਂ ਸੂਬੇ ਦੇ ਵੱਡੀ ਗਿਣਤੀ ਵਿੱਚ ਲੋਕ ਆਪਣੀ ਕਮਾਈ ਕਰਦੇ ਹਨ, ਪਰ ਇਸ ਕੰਮ ਵਿੱਚ ਮਿਨੀਮਮ ਵੇਜ ਦਾ ਕੋਈ ਪ੍ਰਾਵਧਾਨ ਨਹੀਂ ਹੈ, ਜਿਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਇਹ ਕਾਮੇ ਘੱਟੋ ਘੱਟ ਤਨਖਾਹ ਨਿਰਧਾਰਿਤ ਕਰਨ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਨੇ ਇਹਨਾਂ ਕਾਮਿਆਂ ਲਈ ਮਿਨੀਮਮ ਵੇਜ ਦਾ ਐਲਾਨ ਕੀਤਾ ਹੈ, ਜੋ ਪ੍ਰਤੀ ਘੰਟਾ $20.88 ਹੋਵੇਗੀ। ਇਹ ਤਨਖਾਹ ਆਉਂਦੇ ਸਤੰਬਰ ਤੋਂ ਸ਼ੁਰੂ ਹੋਵੇਗੀ। ਅਜਿਹਾ ਕਰਨ ਵਾਲਾ ਬ੍ਰਿਟਿਸ਼ ਕੋਲੰਬੀਆ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਤੋਂ ਬਾਅਦ ਓਨਟਾਰੀਓ ਵਿੱਚ ਵੀ ਮਿਨੀਮਮ ਵੇਜ ਦੀ ਮੰਗ ਉੱਠਣ ਲੱਗੀ ਹੈ। ਮੇਰੇ ਮੁਤਾਬਕ ਮਿਨੀਮਮ ਵੇਜ ਅਗਰ ਦੇਣਾ ਹੈ ਤਾਂ ਉਹਨਾਂ ਨੂੰ ਪੂਰੀ ਸ਼ਿਫਟ ਦਾ ਦੇਣਾ ਪਏਗਾ, ਕਿਉਂਕਿ ਲਾਅ ਤਾਂ ਇਹੀ ਕਹਿੰਦੇ ਨੇ ਜੋ ਕਰੰਟ ਨੇ, ਇਹ ਨਹੀਂ ਕਹਿੰਦੇ ਕਿ ਜਿਹਦੇ 'ਚ ਕਸਟਮਰ ਇਨਵਾਲਵ ਹੋਵੇ ਤਾਂ ਉਹ ਮਿਲਣਾ ਚਾਹੀਦਾ। ਅਤੇ ਅਗਰ ਦੂਸਰੇ ਲਿਹਾਜ਼ ਨਾਲ ਦੇਖ ਲਓ ਤਾਂ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਵੇਟਿੰਗ ਟਾਈਮ ਹੈ, ਦੇ ਹੈਵ ਟੂ ਪੇ। ਇਜਾਜ਼ ਭੱਟ, ਜੋ ਇਹਨਾਂ ਵਰਕਰਸ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਜਥੇਬੰਦੀ ਦੇ ਸੈਕਟਰੀ ਹਨ, ਉਹਨਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਫੈਸਲੇ ਵਿੱਚ ਕਈ ਖਾਮੀਆਂ ਹਨ। ਮਿਨੀਮਮ ਵੇਜ ਦਾ ਮਤਲਬ ਇਹ ਵੇ ਕਿ ਜਿੰਨੇ ਆਵਰਸ ਤੁਸੀਂ ਵਰਕ ਕਰਦੇ ਹੋ ਉਹਦਾ ਐਟ ਦਾ ਰੇਟ ਆਫ BC ਗੌਰਮੈਂਟ ਜਾਂ ਓਨਟਾਰੀਓ ਗੌਰਮੈਂਟ ਉਹਨੂੰ ਪਰ ਆਵਰ ਦੇ ਹਿਸਾਬ ਨਾਲ ਡਰਾਈਵਰ ਔਰ ਡਿਲੀਵਰੀ ਵਰਕਰ ਨੂੰ ਉਹ ਪ੍ਰੋਵਾਈਡ ਕਰੇ। ਲੇਕਿਨ ਇਹਦੇ ਵਿੱਚ ਲਿਖਿਆ ਗਿਆ ਵੇ ਕਿ ਜਿਸ ਆਵਰਸ ਦੇ ਵਿੱਚ ਡਰਾਈਵਰ ਅਤੇ ਡਿਲੀਵਰੀ ਵਰਕਰ ਇਨਵੋਲਵ ਹੈ ਸਿਰਫ ਉਸ ਆਵਰਸ ਦਾ ਮਿਨੀਮਮ ਵੇਜ ਦਿੱਤਾ ਜਾਏਗਾ। ਹੁਣ ਊਬਰ ਜਿਹੜਾ ਹੈ ਉਹ 12 ਆਵਰ ਦੀ ਸ਼ਿਫਟ ਦੀ ਇਜਾਜ਼ਤ ਦਿੰਦਾ ਹੈ। ਉਹਦੇ 'ਚ ਅਗਰ ਡਰਾਈਵਰ ਅਤੇ ਡਿਲੀਵਰੀ ਵਰਕਰ 4 ਘੰਟੇ ਜਾਂ 5 ਘੰਟੇ ਇਨਵੋਲਵ ਹੈ ਉਹ ਪੀਰੀਅਡ ਦਾ ਉਹ ਇੰਗੇਜਮੈਂਟ ਦਾ ਮਿਨੀਮਮ ਵੇਜ ਉਹਨੂੰ ਪੂਰਾ ਕਰਕੇ ਦੇਣਗੇ। ਅਤੇ ਵਟ ਇਜ਼ ਅਬਾਊਟ ਦਾ 7 ਆਵਰ ਵਿੱਚ ਹੀ ਔਨ ਦਾ ਐਪ ਐਕਚੁਅਲੀ ਉਹਨਾਂ ਨੂੰ ਉਹਦਾ ਦੇਣਾ ਪਏਗਾ, ਫਿਰ ਤਾਂ ਠੀਕ ਹੈ। ਅਤੇ ਜੇ ਖਾਲੀ ਉਹ 4-5 ਆਵਰਸ ਦਾ ਦੇ ਰਿਹਾ ਤਾਂ ਉਹ ਤਾਂ ਨਥਿੰਗ। ਇਸ ਤੋਂ ਇਲਾਵਾ ਅਸੀਂ ਹੱਡ ਚੀਰਵੀਂ ਠੰਡ ਤੋਂ ਲੈ ਕੇ ਭੱਖਦੀ ਗਰਮੀ ਵਿੱਚ ਇਹਨਾਂ ਗਿਗ ਐਪਸ ਰਾਹੀਂ ਬਿਨਾਂ ਕਿਸੇ ਮਿਨੀਮਮ ਪੇ ਤੋਂ ਕੰਮ ਕਰਨ ਵਾਲੇ ਵਰਕਰਸ ਨਾਲ ਗੱਲਬਾਤ ਕੀਤੀ। ਬਹੁਤ ਔਖਾ ਜੀ, ਕਿਉਂਕਿ ਕੋਈ ਇਹਦੇ 'ਚ ਸ਼ੋਰਟੀ ਨਹੀਂ ਹੈਗੀ। ਇੱਕ ਤਾਂ ਹੁੰਦਾ ਆਪਾਂ ਨੂੰ ਪਤਾ ਹੁੰਦਾ ਇੰਨੇ ਬਣ ਜਾਣੇ ਆ, ਬੰਦਾ ਉਸ ਹਿਸਾਬ ਨਾਲ ਚੱਲ ਜਾਂਦਾ ਗਾ ਆਪਣਾ ਮਨ ਬਣਾ ਕੇ, ਪਰ ਇੱਥੇ ਕੋਈ ਸ਼ੋਰਟੀ ਨਹੀਂ ਆ ਕਿੰਨੇ ਬਣਨ। 25 ਵੀ ਬਣ ਸਕਦੇ ਆ, 70-80 ਵੀ, 100 ਵੀ ਮੈਕਸੀਮਮ, ਪਰ ਇਹਦੀ ਕੋਈ ਸ਼ੋਰਟੀ ਨਹੀਂ। ਬਹੁਤ ਹਾਰਡ ਆ ਕਿਉਂਕਿ ਹੁਣ ਧੁੱਪ ਵੀ ਕਿੰਨੀ ਆ, ਸਮਰ ਆ, ਅਤੇ ਗਰਮੀ 'ਚ ਬਹੁਤ ਜ਼ਿਆਦਾ ਔਖਾ ਸਾਈਕਲ ਚਲਾਉਣਾ ਅਤੇ ਬਹੁਤ ਦੂਰ ਦੂਰ ਤੱਕ ਔਡਰ ਦੇ ਕੇ ਆਉਣੇ। ਅਤੇ 5 ਕਿਲੋਮੀਟਰ ਤੱਕ ਦਾ ਔਡਰ ਵੀ ਸਿਰਫ ਮੇਰੇ ਹਿਸਾਬ ਨਾਲ $3-4 ਦਾ ਹੁੰਦਾ, ਤਾਂ ਬੰਦੇ ਦਾ ਬਹੁਤ ਮਨ ਖਰਾਬ ਹੁੰਦਾ ਜਦੋਂ ਕੋਈ ਨਹੀਂ ਪੱਲੇ ਪੈਂਦਾ ਮਿਹਨਤ ਦਾ ਵੀ। ਬਹੁਤ ਹਾਰਡ ਆ, ਇੱਥੇ ਆਪਾਂ ਕਰਦੇ ਹਾਂ ਲਾਈਕ 8-10 ਆਵਰਸ ਦੇ ਵਿੱਚ ਸਾਰੇ $40-50 ਬਣਦੇ ਨੇ, ਜੋ ਕਿ ਮਿਨੀਮਮ ਪੇ ਦੇ ਹਿਸਾਬ ਨਾਲ ਬਹੁਤ ਘੱਟ ਆ। ਸਾਨੂੰ ਇੱਥੇ ਕਰਨਾ ਚਾਹੀਦਾ ਕਿ ਛੇਤੀ ਛੇਤੀ ਲਾਓ। ਇਹਨਾਂ ਕਾਮਿਆਂ ਮੁਤਾਬਕ ਉਹਨਾਂ ਨੂੰ ਸਰਕਾਰ ਜਾਂ ਐਪ ਵੱਲੋਂ ਕੋਈ ਵੀ ਅਧਿਕਾਰਿਤ ਲਾਭ ਨਹੀਂ ਦਿੱਤਾ ਜਾਂਦਾ। ਕਈ ਵਾਰ ਉਹਨਾਂ ਨੂੰ ਬਿਨਾਂ ਕਮਾਈ ਕੀਤੇ ਖਾਲੀ ਹੱਥ ਘਰੇ ਮੁੜਨਾ ਪੈਂਦਾ ਹੈ। ਕਈ ਵਾਰੀ ਇੱਦਾਂ ਵੀ ਹੋਇਆ, ਸਾਰੇ ਦਿਨ ਦੇ ਵਿੱਚ ਸਿਰਫ $20 ਹੀ ਬਣੇ ਨੇ, $10 ਵੀ ਬਣੇ ਨੇ। ਕਈ ਵਾਰੀ ਆਈਦਾ 5-6 ਘੰਟੇ ਲਾਈਦਾ, ਕੋਈ ਔਡਰ ਵੀ ਨਹੀਂ ਜਾਂਦਾ। ਸਾਨੂੰ ਮਤਲਬ ਕਿ ਇਸ ਟਾਈਮ ਇੱਥੋਂ ਦੇ ਇੰਨੇ ਜ਼ਿਆਦਾ ਬੁਰੇ ਹਾਲਾਤ ਆ
ਵਸਟ ਵੈਦਰ ਹੁੰਦਾ ਲਾਈਕ ਰੇਨ ਠੰਡ ਕੋਈ ਅਸੀਂ ਕਦੀ ਪਰਵਾਹ ਨਹੀਂ ਕਰੀ ਦੀ, ਬਟ ਸਾਨੂੰ ਸ਼ਾਮ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਸਾਡੀ ਕਿੰਨੀ ਦਿਹਾੜੀ ਪੈਣੀ ਹੈ। ਐਟਲੀਸਟ ਜਿਹੜੇ ਬਾਕੀ ਹੁੰਦੇ ਵਾ ਉਹ ਜਾਂਦੇ ਕੰਮਾਂ 'ਤੇ ਜਾਂਦੇ, ਉਹਨਾਂ ਨੂੰ ਪਤਾ ਉਹਨਾਂ ਨੂੰ 200 ਮਿਲਣਾ 150 ਮਿਲਣਾ, ਸਾਨੂੰ ਪਤਾ ਨਹੀਂ ਜੇ ਔਡਰ ਨਾ ਆਇਆ ਤਾਂ ਭਾਵੇਂ ਖਾਲੀ ਹੱਥ ਘਰ ਜਾਣਾ। ਬਰੈਂਪਟਨ ਤੋਂ ਇੱਥੇ ਟੋਰਾਂਟੋ ਆਈ ਦਾ $10-15 ਮਤਲਬ ਕਿ ਤੁਹਾਨੂੰ ਪਤਾ ਹੀ ਮੋਸਟਲੀ ਕਿਰਾਇਆ ਲੱਗ ਜਾਂਦਾ, ਖਾਣ ਪੀਣ ਦਾ ਬਹੁਤ ਮਤਲਬ ਜ਼ਿਆਦਾ ਖਰਚਾ ਲੱਗ ਜਾਂਦਾ, ਬਟ ਸਾਨੂੰ ਇਹ ਨਹੀਂ ਪਤਾ, ਸ਼ਿਓਰਟੀ ਨਹੀਂ ਹੁੰਦੀ ਕਿੰਨੀ ਦਿਹਾੜੀ। ਕਿਸੇ ਵੇਲੇ ਤਾਂ ਅਸੀਂ ਸਰ ਪੱਲਿਓਂ ਪਾ ਕੇ ਵੀ ਕਿਰਾਇਆ ਆਈਦਾ ਵਾ, ਬਟ ਸ਼ਾਮੀ ਕੱਖ ਨਹੀਂ ਖੜੀਦਾ, ਉਹ ਤਾਂ ਹੀ ਜਲਦੀ ਦਾ ਵਾਪਸ ਖਾਲੀ। ਇਸ ਮਾਮਲੇ 'ਤੇ ਅਸੀਂ ਓਨਟਾਰੀਓ ਦੇ ਲੇਬਰ ਮੰਤਰਾਲੇ ਨਾਲ ਸੰਪਰਕ ਕੀਤਾ। ਵਿਭਾਗ ਮੁਤਾਬਕ ਵਰਕਿੰਗ ਫਾਰ ਵਰਕਰਸ ਐਕਟ 2022 ਨੇ ਡਿਜੀਟਲ ਪਲੇਟਫਾਰਮ ਵਰਕਰਸ ਰਾਈਟ ਐਕਟ ਦੀ ਸਥਾਪਨਾ ਕੀਤੀ, ਜੋ ਇੱਕ ਵਾਰ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ ਰਾਈਡ ਸ਼ੇਅਰ, ਡਿਲੀਵਰੀ ਜਾਂ ਕੋਰੀਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ, ਉਹਨਾਂ ਦੇ ਸੁਧਾਵਾਂ ਦੀ ਸੁਰੱਖਿਆ ਅਤੇ ਵਿਵਾਦਾਂ ਦੇ ਹੱਲ ਦੀ ਗਰੰਟੀ ਦੇਵੇਗਾ। ਸੁਖਪਾਲ ਸਿੰਘ ਔਲਖ, ਓਮਨੀ ਨਿਊਜ਼, ਟੋਰਾਂਟੋ।